ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਟਰੈਕਟਰ ਮਾਫੀਆ ਵਿੱਚ, ਅਤੇ ਮੈਂ ਤੁਹਾਡਾ ਹੋਸਟ ਮਠਾੜੂ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ। ਅਤੇ ਜਿਹੜੀ ਅੱਜ ਦੀ ਆਪਣੀ ਵੀਡੀਓ ਹੈਗੀ ਆ, ਉਹ ਮੌਸਮ ਦੀ ਜਿਹੜੀ ਤਾਜ਼ਾ ਜਾਣਕਾਰੀ ਹੈ ਜੀ, ਕਿ ਜਿਹੜੀ ਮੌਜੂਦਾ ਸਥਿਤੀ ਕੀ ਆ ਆਪਣੇ ਪੰਜਾਬ ਦੀ, ਇਸ ਬਾਰੇ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ। ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਮੈਂ ਪਿਆਰੀ ਜੀ ਗੁਜ਼ਾਰਿਸ਼ ਕਰਦਾ ਕਿ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੇ ਬੈਲ ਦੇ ਆਈਕੋਨ ਨੂੰ ਜ਼ਰੂਰ ਦਬਾਓ, ਤਾਂ ਕਿ ਜਿਹੜੀ ਵੀ ਅਸੀਂ ਅੱਗੇ ਤੋਂ ਵੀਡੀਓ ਪਾਇਆ ਕਰਾਂਗੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਿਆ ਕਰੂਗੀ। ਅਤੇ ਇੱਕ ਬੇਨਤੀ ਹੋਰ ਆ ਵੀਰ ਮੇਰੇ, ਮਾੜੇ ਕਮੈਂਟ ਨਾ ਕਰਿਆ ਕਰੋ, ਚੰਗੇ ਕਮੈਂਟ ਕਰਿਆ ਕਰੋ, ਕਿਉਂਕਿ ਸਾਰੀ ਦੁਨੀਆ ਵੇਖਦੀ ਹੈ ਜੀ। ਅਤੇ ਆਪਣੇ ਸੁਝਾਅ ਵੀ ਜ਼ਰੂਰ ਦਿਆ ਕਰੋ। ਅਤੇ ਤੁਹਾਡਾ ਹੁਣ ਬਹੁਤਾ ਸਮਾਂ ਲੈਂਦੇ ਹੋਏ ਜੀ, ਕਰਦੇ ਹਾਂ ਅੱਜ ਦੀ ਵੀਡੀਓ ਨੂੰ ਸ਼ੁਰੂ। ਕਿ ਮੌਜੂਦਾ ਸਮੇਂ ਪਟਿਆਲਾ ਦੇ ਪਾਤੜਾਂ ਸਮਾਣਾ ਦੇਵੀਗੜ੍ਹ ਖੇਤਰ ਮੋਟੀ ਗਣੀ ਨਾਲ ਹਨੇਰੀ ਸ਼ੁਰੂ ਹੋ ਗਈ ਹੈ। ਅਤੇ ਅਗਲੇ 10 ਮਿੰਟ ਤੋਂ 15 ਘੰਟਿਆਂ ਦੌਰਾਨ ਪਟਿਆਲਾ, ਨਾਭਾ, ਰਾਜਪੁਰਾ, ਅੰਬਾਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਚੰਡੀਗੜ੍ਹ, ਸੰਗਰੂਰ, ਧੂੜ ਭਰੀ ਹਨੇਰੀ ਨਾਲ ਕੁਝ ਥਾਈਂ ਘੱਟ ਸਮੇਂ ਲਈ ਮੋਟੀ ਕਣੀ ਦਾ ਜਿਹੜਾ ਸਰਾਟਾ ਪੁੱਜ ਰਿਹਾ ਹੈ। ਇਸ ਤੋਂ ਇਲਾਵਾ ਨਵਾਂਸ਼ਹਿਰ, ਗੜਸ਼ੰਕਰ, ਜਲੰਧਰ, ਦਸੂਹਾ, ਨੰਗਲ, ਫਾਜ਼ਿਲਕਾ ਬਣ ਰਹੇ ਤਾਜ਼ਾ ਬਦਲ ਤਕੜੇ ਹੋ ਕੇ ਇਹਨਾਂ ਖੇਤਰਾਂ 'ਚ ਹਨੇਰੀ ਛੱਡ ਸਕਦੇ ਹਨ। ਅਗਲੇ ਕੁਝ ਘੰਟੇ ਸੂਬੇ ਦੇ ਕੁਝ ਹੋਰ ਖੇਤਰਾਂ 'ਚ ਨਵੀਂ ਕਾਰਵਾਈ ਜਿਹੜੀ ਜਨਮ ਲੈ ਸਕਦੀ ਹੈ। ਇਸ ਲਈ ਇਸ ਦੀ ਜਿਹੜੀ ਜਾਣਕਾਰੀ ਹੈ ਜੀ, ਅਸੀਂ ਕਮੈਂਟ ਬਾਕਸ ਵਿੱਚ ਦੇ ਦੇਵਾਂਗੇ। ਆਗਾਮੀ ਦਿਨਾਂ ਦੀ ਜਾਣਕਾਰੀ ਤਾਜ਼ਾ ਪੱਛਮੀ ਸਿਸਟਮ ਲੈਂਦੇ ਪੰਜਾਬ 'ਤੇ ਕੱਲ੍ਹ ਰਾਤ ਪੁੱਜ ਚੁੱਕਾ ਹੈ, ਜੋ ਪ੍ਰਮੁੱਖ ਤੌਰ 'ਤੇ ਅਗਲੇ 48 ਘੰਟੇ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗਾ। ਇਸ ਦੌਰਾਨ ਵੱਖ ਵੱਖ ਖੇਤਰਾਂ 'ਚ ਗਰਜ ਚੌਂਕ ਵਾਲੇ ਬੱਦਲ ਬਣ ਅਤੇ ਤੇਜ਼ ਹਨੇਰੀ ਦੀਆਂ ਜਿਹੜੀਆਂ ਘਟਨਾਵਾਂ ਵੇਖੀਆਂ ਜਾਣਗੀਆਂ, ਅਤੇ ਨਾਲ ਹੀ ਕੁਝ ਥਾਈਂ ਘੱਟ ਸਮੇਂ ਵਾਲੇ ਹਲਕੇ ਅਤੇ ਤੇਜ਼ ਸਰਾਟੇ ਪੈ ਸਕਦੇ ਹਨ। ਇਸ ਤੋਂ ਇਲਾਵਾ ਬੰਗਾਲ ਦੀ ਖਾੜੀ 'ਚ ਬਣੇ ਚੱਕਰਵਾਤ ਫਾਨੀ ਨਾਂ ਦਾ ਜਿਹੜਾ ਤੂਫਾਨ ਹੈ ਜੀ, 3-4 ਮਈ ਲਾਗੇ ਉੜੀਸਾ ਅਤੇ ਬੰਗਾਲ ਦੀ ਬੰਦਰਗਾਹ ਦੇ ਟਕਰਾਵੇਗਾ। ਇਸ ਦੇ ਨਾਲ ਅਸਰ ਸਦਕਾ ਯੂਪੀ 'ਚ ਮੀਂਹ ਤੂਫਾਨ ਅਤੇ ਗਤੀਵਿਧੀਆਂ ਵੇਖੀਆਂ ਜਾਣਗੀਆਂ। ਅਤੇ ਇਸ ਦੇ ਹਲਕੇ ਅਸਰ ਕਾਰਨ 3-4 ਮਈ ਨੂੰ ਪੂਰਬੀ ਪੰਜਾਬ, ਹਰਿਆਣਾ ਦੇ ਕੁਝ ਥਾਈਂ ਮੀਂਹ ਹਨੇਰੀ ਦੀ ਜਿਹੜੀ ਉਮੀਦ ਰਹੇਗੀ। ਕੁੱਲ ਮਿਲਾ ਕੇ ਮਈ ਦੇ ਪਹਿਲੇ ਹਫ਼ਤੇ ਪੰਜਾਬ 'ਚ ਲੂ ਦੀ ਸਥਿਤੀ ਬਣੀ ਰਹੇਗੀ। ਦੱਸਣਯੋਗ ਹੈ ਕਿ ਮਈ 'ਚ ਔਸਤ ਨਾਲੋਂ ਵੱਧ ਬਾਰਿਸ਼, ਧੂੜ ਤੂਫਾਨਾਂ ਦੀ ਜਿਹੜੀ ਉਮੀਦ ਹੈਗੀ ਹੈ ਜੀ। ਅਤੇ ਜੇ ਕੋਈ ਅੱਗੇ ਤੋਂ ਬਾਅਦ ਮੌਸਮ ਬਦਲਦਾ ਤਾਂ ਆਪਾਂ ਜਿਹੜੀ ਇਹਦੇ ਵਿੱਚ ਅਪਡੇਟ ਜ਼ਰੂਰ ਪਾਵਾਂਗੇ ਆਪਣੇ ਚੈਨਲ ਵਿੱਚ। ਇਸ ਲਈ ਸਾਡੇ ਚੈਨਲ ਨੂੰ ਜ਼ਰੂਰ ਦੇਖਦੇ ਰਹੋ। ਧੰਨਵਾਦ ਵੀਰੋ, ਸਤਿ ਸ਼੍ਰੀ ਅਕਾਲ।